ਇਹ ਪੰਜਾਬ ਦੇ ਚੁਣਵੇ ਹੋਏ ਨੁਮਾਇੰਦਿਆਂ ਦਾ ਜਥੇਬੰਦੀਆਂ ਦਾ ਇਕੱਠ ਹੈ ਜਿਸ ਤਰ੍ਹਾਂ ਕਿ ਕਿਸਾਨ ਜਥੇਬੰਦੀਆਂ ਧਾਰਮਿਕ ਸ਼ਖਸੀਅਤਾਂ ਦਾ ਸਭਾ ਸੱਟੀਆਂ ਇਹ ਹਰਿਆਣੇ ਤੋਂ ਵੀ ਆਏ ਨੇ ਜਿਸ ਤਰ੍ਹਾਂ ਕਿ ਸਰਦਾਰ ਬਲਵਿੰਦਰ ਸਿੰਘ ਜੀ ਹਰਿਆਣੇ ਤੋਂ ਆਏ ਨੇ ਇਸ ਤਰ੍ਹਾਂ ਕਾਰਸੇ ਵਾਲੇ ਬਾਬੇ ਨੇ ਅਖੰਡ ਕੀਰਤਨੀ ਜਥੇ ਤੋਂ ਨੇ ਬਹੁਤ ਸਾਰੇ ਰਾਗੀ ਜਿਸ ਤਰ੍ਹਾਂ ਕਿ ਗਿਆਨੀ ਬਲਦੇਵ ਸਿੰਘ ਜੀ ਰਾਗੀ ਜਿਹੜੇ ਸਨ ਉਹ ਵੀ ਇੱਥੇ ਰਾਤੀ ਹੋ ਗਏ ਨੇ ਅੱਜ ਵੀ ਉਹਨਾਂ ਦੇ ਬੁਲਾਰੇ ਇੱਥੇ ਆਏ ਨੇ ਲੱਖਾ ਸਿੰਘ ਸੰਧਾਣਾ ਇੱਥੇ ਆਇਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਸ ਤਰ੍ਹਾਂ ਸਾਰੇ ਇੱਥੇ ਆਏ ਨੇ ਅਤੇ ਉਹਨਾਂ ਸਾਰਿਆਂ ਦੇ ਇੱਥੇ ਆਏ ਨੇ ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ ਕਿਤਾਬਾਂ ਪਬਲਿਸ਼ ਕੀਤੀਆਂ ਗਈਆਂ ਨੇ ਉਹ ਬਹੁਤ ਗਲਤ ਹੈ ਗੁਰੂ ਸਾਹਿਬਾਂ ਦੇ ਖਿਲਾਫ ਇਤਿਹਾਸ ਨੂੰ ਤਰੋੜ ਮੋੜ ਕੇ ਗੁਰੂ ਨਾਨਕ ਪਾਤਸ਼ਾਹ ਦੇ ਵੀ ਖਿਲਾਫ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੋਰ ਡਾਕੂ ਕਾਤਲ ਕਹਿਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਉਹ ਵੀ ਬਲਕਿ ਇਹ ਕਹਿਣਾ ਕਿ ਉਹ ਮਜ਼ਲੂਮਾਂ ਦਾ ਖੂਨ ਚੀਸਣ ਵਾਲਾ ਅਤੇ ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਇੱਕ ਰਾਕਸ਼ਸ ਸੀ ਜਿਸ ਕਰਕੇ ਇਹ ਜਿਹੜਾ ਅੱਜ ਦਾ ਇਕੱਠ ਹੈ ਇਹ ਪੰਜਾਬ ਸਰਕਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸਿੱਖਿਆ ਵਿਭਾਗ ਨੂੰ ਇੱਕ ਚੇਤਾਵਨੀ ਆ ਵੀ ਜੇ ਤਾਂ ਤੁਸੀਂ ਜਿਹਨਾਂ ਨੇ ਕਿਤਾਬਾਂ ਲਿਖੀਆਂ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਠੀਕ ਹੈ ਤਾਂ ਨਹੀਂ ਤਾਂ ਇਕੱਠ ਤੁਹਾਡੇ ਕੋਲ ਸੰਭਾਲੇ ਨਹੀਂ ਜਾਣੇ ਇਹ ਤੁਸੀਂ ਵੇਖ ਲਓ ਇਹ ਇਕੱਠ ਇਸ ਕਰਕੇ ਗੱਲਬਾਤ ਤਾਂ 50 ਸਾਲਾਂ ਤੋਂ ਹੋ ਰਹੀ ਹੈ ਕਿਸੇ ਪਾਸੇ ਨਹੀਂ ਲੱਗੀ ਜਿਸ ਕਰਕੇ 22 ਦਿਨ ਤੋਂ ਮੈਂ ਇੱਥੇ ਧਰਨਾ ਲਾ ਕੇ ਬੈਠਾ ਨਹੀਂ ਕੋਈ ਗੱਲ ਸੁਣੀ ਗਈ ਅਤੇ ਫਿਰ ਇਹਨਾਂ ਭਰਾਵਾਂ ਨੂੰ ਕਿਹਾ ਵੀ ਮੇਰੀ ਗੱਲ ਨਹੀਂ ਸੁਣੀ